ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਬਲਕਰਨ ਪੰਜਾਬੀ ਡਿਪਾਰਟਮੈਂਟ ਤੋਂ ਔਰ ਤੁਸੀਂ ਵੇਖ ਰਹੇ ਹੋ ਕੈਂਪਸ ਟੀਵੀ। ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਅੱਜ ਕੱਲ੍ਹ ਯੂਨੀਵਰਸਿਟੀ ਵਿੱਚ ਚੋਣਾਂ ਦਾ ਦੌਰ ਚੱਲ ਰਿਹਾ ਹੈ। ਸੋ ਉਸ ਅਧੀਨ ਸਾਡੇ ਨਾਲ ਗੱਲਬਾਤ ਕਰਨ ਲਈ ਪਹੁੰਚੇ ਹਨ SFS ਪਾਰਟੀ ਦੇ ਪ੍ਰੈਜ਼ੀਡੈਂਟ ਦਮਨ। ਆਓ ਉਹਨਾਂ ਨਾਲ ਗੱਲਬਾਤ ਕਰੀਏ। ਸੋ ਮੇਰਾ ਸਭ ਤੋਂ ਪਹਿਲਾ ਸਵਾਲ, SFS ਕਦੋਂ ਬਣੀ ਔਰ ਇਸ ਦੀ ਵਿਚਾਰਧਾਰਾ ਕੀ ਹੈ? SFS ਦਾ ਪੂਰਾ ਨਾਮ ਹੈ ਸਟੂਡੈਂਟ ਫੋਰ ਸੁਸਾਇਟੀ, ਮਤਲਬ ਕਿ ਵਿਦਿਆਰਥੀ ਸਮਾਜ ਲਈ। SFS 2010 ਦੇ ਅੰਦਰ ਬਣੀ। ਪਹਿਲਾਂ ਇੱਕ ਡਿਸਕਸ਼ਨ ਗਰੁੱਪ ਵਜੋਂ SFS ਸ਼ੁਰੂ ਹੋਈ ਅਤੇ ਜਿਵੇਂ ਜਿਵੇਂ ਸਟਰੈਂਥ ਵਧੀ ਤਾਂ SFS ਨੇ ਪ੍ਰੋਟੈਸਟ ਕਰਨੇ ਵੀ ਸ਼ੁਰੂ ਕੀਤੇ ਅਤੇ ਇਹਦੇ ਨਾਲ ਦੀ ਨਾਲ ਵਾਲ ਪੋਸਟਿੰਗ ਵਗੈਰਾ, ਲੀਫਲੈਟਸ ਵਗੈਰਾ, ਪਲੇਸ ਵਗੈਰਾ ਅਤੇ ਇਹ ਤੋਂ ਬਿਨਾਂ ਇੰਟਰਨੈਸ਼ਨਲ ਮੁੱਦਿਆਂ ਦੇ ਉੱਤੇ, ਨੈਸ਼ਨਲ ਮੁੱਦਿਆਂ ਦੇ ਉੱਤੇ ਅਤੇ ਯੂਨੀਵਰਸਿਟੀ ਦੇ ਮੁੱਦਿਆਂ ਦੇ ਉੱਤੇ ਅਸੀਂ ਇਹ ਸਾਰੇ ਕਰਦੇ ਰਹਿੰਦੇ ਹਾਂ। ਅਤੇ SFS ਦੀ ਵਿਚਾਰਧਾਰਾ ਦੀ ਗੱਲ ਕਰੀਏ, ਸਾਡਾ ਮੰਨਣਾ ਕਿ ਕੋਈ ਵੀ ਵਿਚਾਰਧਾਰਾ ਹੁੰਦੀ ਹੈ ਉਹ ਸਮਾਜ ਤੋਂ ਆਉਂਦੀ ਹੈ ਅਤੇ ਅੱਜ ਦੇ ਸਮੇਂ ਆਪਾਂ ਸਮਾਜ 'ਚ ਦੇਖ ਰਹੇ ਹਾਂ ਕਿ ਦੋ ਵਰਗ ਹੈਗੇ ਨੇ ਜਿਹੜੇ ਸਿੱਧੇ ਰੂਪ 'ਚ ਆਪਾਂ ਦੇਖਦੇ ਨੇ। ਇੱਕ ਇਹੋ ਜਿਹਾ ਵਰਗ ਜਿਹੜਾ ਲੁੱਟਿਆ ਜਾ ਰਹੇਗਾ ਅਤੇ ਇੱਕ ਇਹੋ ਜਿਹਾ ਵਰਗ ਜਿਹਨੂੰ ਲੁੱਟਿਆ ਜਾ ਰਹੇਗਾ। ਅਤੇ SFS ਜਿਹੜਾ ਲੁੱਟਿਆ ਜਾ ਰਹੇਗਾ ਉਹਨਾਂ ਦੀ ਰੀਪ੍ਰਜੈਂਟੇਸ਼ਨ ਕਰਦੀ ਹੈ, ਉਹਨਾਂ ਦੀ ਵਿਚਾਰਧਾਰਾ ਨੂੰ ਲੈ ਕੇ SFS ਕੰਮ ਕਰਦੀ ਹੈ ਅਤੇ ਭਗਤ ਸਿੰਘ ਦੀ ਵਿਚਾਰਧਾਰਾ ਦੇ SFS ਚੱਲਦੀ ਹੈ। ਸੁਣਿਆ ਸੀ ਕਿ ਤੁਸੀਂ ਪਿਛਲੀ ਇਲੈਕਸ਼ਨ ਵਿੱਚ ਨਹੀਂ ਆਏ, ਚੋਣਾਂ ਨਹੀਂ ਲੜੀਆਂ ਔਰ ਇਸ ਵਾਰ ਤੁਸੀਂ ਚੋਣਾਂ ਲੜ ਰਹੇ ਹੋ, ਇਸ ਦੇ ਕੀ ਕਾਰਨ ਹਨ? SFS ਹਰ ਸਾਲ ਇਲੈਕਸ਼ਨਾਂ ਵਿੱਚ ਜਾਣ ਜਾਂ ਨਾ ਜਾਣ ਬਾਰੇ ਡਿਸਾਈਡ ਕਰਦੀ ਹੁੰਦੀ ਹੈ ਇੱਕ GBM ਰੱਖ ਕੇ। GBM ਹੁੰਦੀ ਹੈ ਜਨਰਲ ਬਾਡੀ ਮੀਟਿੰਗ, ਜਿਹਦੇ 'ਚ ਸਟੂਡੈਂਟਸ ਆਉਂਦੇ ਆ ਅਤੇ ਉੱਥੇ ਡਿਸਕਸ਼ਨ ਹੁੰਦੀ ਹੈ, ਡਿਬੇਟ ਹੁੰਦੀ ਹੈ ਅਤੇ ਉੱਥੇ ਡਿਸਾਈਡ ਕਰਦੇ ਅਸੀਂ ਜਾਣਾ ਜਾਂ ਨਹੀਂ ਜਾਣਾ। ਅਸੀਂ ਇਲੈਕਸ਼ਨ ਨੂੰ ਸਪੋਰਟ ਕਰਦੇ ਹਾਂ ਕਿਉਂਕਿ ਇੱਕ ਡੈਮੋਕ੍ਰੇਟਿਕ ਪਲੇਟਫਾਰਮ ਹੈਗਾ, ਸਟੂਡੈਂਟ ਆਪਣਾ ਰਿਪ੍ਰਜੈਂਟੇਟਿਵ ਇਲੈਕਟ ਕਰ ਰਹੇ ਨੇ ਬਾਵਜੂਦ ਕਿ ਇਹਨੂੰ ਕੋਈ ਸਿਲੈਕਟ ਕਰਕੇ ਦੇ ਰਿਹਾ ਹੈਗਾ ਅਤੇ ਅਸੀਂ ਵੀ ਸਪੋਰਟ ਕਰਦੇ ਹਾਂ। ਪਰ ਲਾਸਟ ਈਅਰ ਕੀ ਹੋਇਆ ਕਿ ਇੱਕ ਸੈਕਸ਼ੁਅਲ ਹੈਰੇਸਮੈਂਟ ਦਾ ਸਟਰਗਲ ਸੀਗਾ, ਦੋ ਟੀਜ਼ਿੰਗ ਦੇ ਕੇਸ ਆਏ, ਬੜੇ ਹੀਨੀਅਸ ਕੇਸ, ਉਹਨੂੰ ਲੈ ਕੇ ਅਸੀਂ ਸਟਰਗਲ ਕੀਤਾ ਅਤੇ ਉਸੇ ਦੌਰ ਦੇ ਅੰਦਰ ਉਹ ਟਾਈਮ ਇਹੋ ਜਿਹਾ ਸੀ ਜਾਂ ਤਾਂ ਅਸੀਂ ਇਲੈਕਸ਼ਨਾਂ ਫੋਕਸ ਕਰ ਸਕਦੇ ਸੀ ਜਾਂ ਅਸੀਂ ਸਟਰਗਲ ਲੜ ਸਕਦੇ ਸੀ ਅਤੇ ਉਸੇ ਦੇ ਵਿੱਚ ਅਸੀਂ GBM ਕਾਲ ਕੀਤੀ ਤਾਂ ਉਹਦੇ 'ਚ ਡਿਸਾਈਡ ਹੋਇਆ ਕਿ ਇਸ ਵਾਰੀ ਸਟਰਗਲ ਨੂੰ ਫੋਕਸ ਕਰਾਂਗੇ ਅਤੇ ਅਸੀਂ ਸਟਰਗਲ ਲੜਿਆ ਵੀ ਉਹ ਤੋਂ ਬਾਅਦ ਜਿੱਤਿਆ ਵੀ ਅਤੇ ਇਸ ਸਾਲ GBM ਹੋਈ ਹੈ ਤਾਂ ਉਹਦੇ ਡਿਸਾਈਡ ਕੀਤਾ ਕਿ ਇਲੈਕਸ਼ਨਾਂ ਜਾਵਾਂਗੇ ਤਾਂ ਇਸ ਵਾਰੀ ਜ਼ਰੂਰ ਕੰਟੈਸਟ ਕਰਾਂਗੇ ਇਲੈਕਸ਼ਨਸ। ਔਰ ਫੀਸ ਹਾਈਕ ਦਾ ਮੁੱਦਾ ਜੋ ਕਿ ਸਾਰੀਆਂ ਪਾਰਟੀਆਂ ਦਾ ਸੈਂਟਰਲ ਮੁੱਦਾ ਹੁਣ ਤੱਕ ਰਿਹਾ ਹੈ, ਅਸੀਂ ਸੁਣਦੇ ਹਾਂ ਜਾਂ ਵੇਖਦੇ ਹਾਂ, ਸੋ ਉਸ ਬਾਰੇ ਤੁਹਾਡਾ ਕੀ ਕਹਿਣਾ? ਇੱਕ ਤਾਂ ਗੱਲ ਕਲੀਅਰ ਕਰਦੀ ਵੀ ਜਿਹੜਾ ਫੀ ਹਾਈਕ ਦਾ ਮੁੱਦਾ ਹੈਗਾ ਇਹ ਇੱਥੋਂ ਦਾ ਫਨੋਮਨਾ ਨਹੀਂ ਹੈਗਾ, ਇਹ ਪੂਰੇ ਇੰਡੀਆ ਦਾ ਫਨੋਮਨਾ ਹੈਗਾ। IITs ਦੇ ਵਿੱਚ 250% ਫੀ ਹਾਈਕ ਹੋਈ, NITs ਦੇ ਵਿੱਚ 300% ਫੀ ਹਾਈਕ ਹੋਈ, ਤਾਂ ਉਸੇ ਸਮੇਂ ਆਪਾਂ ਦੇਖਦੇ ਹਾਂ ਯੂਨੀਵਰਸਿਟੀ ਦੇ ਅੰਦਰ ਜਿਹੜਾ ਹੈਗਾ ਉਸੇ ਫੀ ਹਾਈਕ ਹੋ ਰਹੀ ਹੈ। ਮੁੱਦਾ ਹੈਗਾ ਕਿ ਫੰਡ ਘੱਟ ਹੋ ਰਿਹਾ ਹੈ ਐਜੂਕੇਸ਼ਨ ਸੈਕਟਰ ਦੇ ਅੰਦਰੋਂ ਅਤੇ ਪਿਛਲੇ 2 ਸਾਲ ਦੇ ਅੰਦਰ 84 ਕਰੋੜ ਰੁਪਇਆ ਜਿਹੜਾ ਹੈਗਾ ਉਹ ਫੰਡ ਦਾ ਰਿਲੀਜ਼ ਨਹੀਂ ਕੀਤਾ ਗਿਆ, ਇਸ ਸਾਲ ਵੀ 41 ਕਰੋੜ ਰੁਪਏ ਫੰਡ ਦਾ ਰਿਲੀਜ਼ ਨਹੀਂ ਕੀਤਾ ਗਿਆ ਅਤੇ ਪਿਛਲੇ 3 ਸਾਲਾਂ ਦੇ ਅੰਦਰੋਂ ਅਤੇ SFS ਨੇ ਫੀ ਹਾਈਕ ਨੂੰ ਲੈ ਕੇ ਸਟਰਗਲ ਕੀਤੇ ਹੈਗੇ ਨੇ। ਹਾਲੇ ਤੱਕ ਯੂਨੀਵਰਸਿਟੀ ਦੇ ਅੰਦਰ 2 ਵਾਰੀ ਸਕਸੈਸਫੁਲੀ ਫੀਸ ਵਾਪਸ ਹੋਈ ਹੈ ਅਤੇ ਉਹ ਦੋਵੇਂ ਸਟਰਗਲ SFS ਨੇ ਲੀਡ ਕੀਤੇ ਨੇ ਅਤੇ ਹਰ ਸਾਲ ਅਸੀਂ ਸਟਰਗਲ ਕਰਦੇ ਹਾਂ। ਪਿਛਲੇ ਟਾਈਮ ਦੇ ਅੰਦਰ ਇੱਕ ਜੁਆਇੰਟ ਫੋਰਮ ਵੀ ਅਸੀਂ ਬਣਾਉਣ ਦੀ ਕੋਸ਼ਿਸ਼ ਕੀਤੀ ਅੱਡ ਅੱਡ ਆਰਗਨਾਈਜੇਸ਼ਨ ਨੂੰ ਲੈ ਕੇ ਤਾਂ ਕਿ ਇਹਦਾ ਇੱਕ ਸੈਂਟਰਲ ਮੁੱਦਾ ਬਣੇ। ਤਾਂ ਅੱਜ ਵੀ ਆਪਾਂ ਦੇਖਦੇ ਹਾਂ ਕਿ ਬਹੁਤ ਸਾਰੀਆਂ ਪਾਰਟੀਆਂ ਨੇ ਉਹ ਇਲੈਕਸ਼ਨਾਂ ਦੇ ਅੰਦਰ ਫੀ ਹਾਈਕ ਨੂੰ ਆਪਣਾ ਸੈਂਟਰਲ ਜਿਹੜਾ ਮੁੱਦਾ ਕਹਿ ਰਹੀਆਂ ਨੇ, ਤਾਂ ਉਹ ਸਟੂਡੈਂਟ ਨੇ ਜਿਹੜੇ ਸਟਰਗਲ ਕੀਤੇ ਨੇ ਤਾਂ ਉਹਦਾ ਇਹ ਇੱਕ ਸਿੱਟਾ ਹੈਗਾ ਗਾ। ਔਰ ਜੇਕਰ ਮੰਨ ਲਓ ਕੁਦਰਤਨ ਜਾਂ ਵਿਦਿਆਰਥੀਆਂ ਦੇ ਸਹਿਯੋਗ ਸਦਕਾ ਤੁਸੀਂ ਕੌਂਸਲ ਦੇ ਵਿੱਚ ਆਉਂਦੇ ਹੋ ਤਾਂ ਤੁਹਾਡੇ ਮੇਨ ਮੁੱਦੇ ਕਿਹੜੇ ਹੋਣਗੇ? ਇੱਕ ਤਾਂ ਜਿਵੇਂ ਲਾਸਟ ਈਅਰ ਦੀ ਮੈਂ ਥੋੜ੍ਹੀ ਗੱਲ ਰੱਖੂੰਗਾ ਕਿ ਲਾਸਟ ਈਅਰ SFS ਨੇ ਬਹੁਤ ਸਾਰੇ ਸਟਰਗਲ ਕੀਤੇ, ਉਹ ਤੋਂ ਪਹਿਲਾਂ ਵੀ ਕੀਤੇ ਅਤੇ ਉਹਦੇ ਸਾਨੂੰ 3 ਤਰੀਕੇ ਦੇ ਆਊਟਕਮਸ ਆਏ। ਇੱਕ ਹੈਗਾ ਕਿ ਅਸੀਂ ਸਟਰਗਲ ਜਿੱਤੇ ਅਤੇ ਉਹਨੂੰ ਇੰਪਲੀਮੈਂਟ ਵੀ ਹੋਏ। ਦੂਜੇ ਸੀਗੇ ਜਿਨ੍ਹਾਂ 'ਚ ਕੰਪਲੀਟ ਫੇਲੀਅਰ ਹੋਇਆ, ਮਤਲਬ ਕਿ ਉਹਨਾਂ 'ਤੇ ਕੁਛ ਬਣਿਆ ਨਹੀਂ ਹੈਗਾ, ਅਥਾਰਟੀ ਨੇ ਧਿਆਨ ਨਹੀਂ ਦਿੱਤਾ ਵੀ ਸਟਰਗਲ ਚੱਲ ਰਹੇ ਹੈਗੇ ਨੇ। ਅਤੇ ਤੀਜਾ ਸੀਗਾ ਵੀ ਅਸੀਂ ਸਟਰਗਲ ਤਾਂ ਜਿੱਤੇ ਪਰ ਉਹਨਾਂ ਨੇ ਇੰਪਲੀਮੈਂਟ ਨਹੀਂ ਕੀਤੇ। ਇੱਕ ਸਾਡਾ ਮੁੱਦਾ ਹੋ ਗਿਆ ਜਿਹੜੇ ਪੁਰਾਣੇ ਇਸ਼ੂਜ਼ ਹੈਗੇ ਨੇ ਉਹਨਾਂ ਨੂੰ ਇੰਪਲੀਮੈਂਟ ਕਰਾਈਏ, ਅਤੇ ਖਾਸ ਤੌਰ 'ਤੇ ਏਜੰਡੇ ਦੀ ਗੱਲ ਕਰੀਏ ਤਾਂ 3 ਇਸ਼ੂਜ਼ ਨੂੰ ਅਸੀਂ ਦੇਖਦੇ ਹਾਂ ਕਿ ਸਭ ਤੋਂ ਬੜਾ ਮੁੱਦਾ ਹੈਗਾ ਕਿ ਯੂਨੀਵਰਸਿਟੀ ਨੂੰ ਫੰਡ ਨਹੀਂ ਆ ਰਿਹਾ ਹੈਗਾ। ਉਹਦੇ ਤਹਿਤ ਫੀ ਹਾਈਕਸ ਹੋ ਰਹੀ ਹੈ, ਮੈਸ ਡਾਈਟਸ ਹੋ ਰਹੀਆਂ ਨੇ, ਗਰਾਊਂਡ ਰੈਂਟ 'ਤੇ ਦਿੱਤੇ ਜਾ ਰਹੇ ਨੇ, ਪੂਰੇ ਤਰੀਕੇ ਨਾਲ ਯੂਨੀਵਰਸਿਟੀ ਦੀ ਪ੍ਰਾਈਵੇਟਾਈਜ਼ੇਸ਼ਨ ਹੋ ਰਹੀ ਹੈ, ਇੱਕ ਤਾਂ ਇਹ ਮੁੱਦਾ ਹੈਗਾ। ਦੂਜਾ ਹੈਗਾ ਹੋਸਟਲ ਦਾ ਮੁੱਦਾ। ਬਹੁਤ ਸਾਰੀਆਂ ਮਤਲਬ ਕਿ ਔਰਗਨਾਈਜੇਸ਼ਨ ਹੈਗੀਆਂ ਨੇ ਜਿਹੜੀਆਂ ਯੂਨੀਵਰਸਿਟੀ ਦੇ ਵਿੱਚ ਯੂਨੀਵਰਸਿਟੀ ਅਥਾਰਟੀਜ਼ ਦੇ ਨਾਲ ਸਾਂਠ ਗਾਂਠ 'ਚ ਜਾ ਕੇ ਸਟੂਡੈਂਟਾਂ ਨੂੰ ਹੋਸਟਲ ਦਵਾਉਂਦੀਆਂ ਨੇ ਅਤੇ ਨਾਲ ਦੀ, ਪਰ ਇਹ ਮੁੱਦਾ ਨਹੀਂ ਚੱਕਦੀਆਂ ਅਤੇ ਉਸੇ ਜਿਨ੍ਹਾਂ ਨੂੰ ਹੋਸਟਲ ਦਵਾਉਂਦੀਆਂ ਉਹਨਾਂ ਨੂੰ ਵੋਟ ਦੇ ਅੰਦਰ ਕਨਵਰਟ ਕਰਦੀਆਂ ਨੇ। ਕਦੇ ਇਹ ਮੁੱਦਾ ਨਹੀਂ ਚੱਕਦੇ ਵੀ ਜਿਹੜੀਆਂ 6000 ਯੂਨੀਵਰਸਿਟੀ ਅੰਦਰ ਸੀਟਾਂ ਹੈਗੀਆਂ ਨੇ 15000 ਸਟੂਡੈਂਟਾਂ ਲਈ ਉਹਨਾਂ ਨੂੰ ਵਧਾਇਆ ਜਾਵੇ। ਤਾਂ ਇੱਕ ਹੋਸਟਲ ਦਾ ਮੁੱਦਾ ਬਹੁਤ ਪ੍ਰਾਇਮਰੀ ਹੈਗਾ ਗਾ ਅਤੇ ਜਿਹੜਾ ਸਟੂਡੈਂਟ ਇੱਥੇ ਪੜ੍ਹ ਰਹੇਗਾ ਉਹਦਾ ਰਾਈਟ ਹੈਗਾ ਹੋਸਟਲ ਲੈਣਾ। ਅਸੀਂ ਇਹ ਮੁੱਦੇ ਨੂੰ ਲੈ ਕੇ ਜਿਹੜੇ ਡੇਲੀ ਬੇਸਿਸ ਦੇ ਹੁੰਦਾ ਉਹਨੂੰ ਵੀ ਜਿਹੜਾ ਨੋਰਮਲ ਚਾਰਜਿਸ ਕੀਤੇ ਜਾਣ ਅਤੇ ਹੋਸਟਲ ਵਧਾਏ ਜਾਣ, ਇਹ ਇੱਕ ਮੁੱਦਾ ਰਹੂਗਾ। ਤੀਜਾ ਹੈਗਾ 4-ਵੀਲਰ ਦਾ, 4-ਵੀਲਰ ਜਿਹੜੇ ਹੈਗੇ ਨੇ ਉਹ ਬੈਨ ਕੀਤੇ ਜਾਣ। ਇਹ ਤੋਂ ਬਿਨਾਂ ਬਹੁਤ ਸਾਰੇ ਇਸ਼ੂਜ਼ ਹੈਗੇ ਨੇ ਜਿਹੜੇ ਬਾਕੀ ਹੈਗੇ ਨੇ, ਬਟ ਇਹ ਪ੍ਰਾਇਓਰਟੀ 'ਤੇ ਹੈਗੇ ਨੇ। ਔਰ ਜੇਕਰ ਮੈਂ ਗੱਲ ਕਰਾਂ ਲੜਕੀਆਂ ਦੀ ਕਿ ਕੁੜੀਆਂ ਨੂੰ ਅੱਗੇ ਲਿਆਉਣ ਲਈ ਜਾਂ ਚੋਣਾਂ 'ਚ ਹਿੱਸਾ ਦਿਵਾਉਣ ਲਈ ਜਾਂ ਕਹਿ ਸਕਦੇ ਹਾਂ ਕਿ ਬਰਾਬਰਤਾ ਜਾਂ ਆਪਾਂ, ਉਸ ਬਾਰੇ ਤੁਹਾਡੇ ਕੀ ਵਿਚਾਰ ਹਨ?
पहले नंबर की यूनिवर्सिटी होने के बावजूद भी इतने ये हालात नहीं बने, इतने वो जेंडर इक्वलिटी आई नहीं, जिद करके स्टूडिया कुड़ियाँ जी है पार्टीसपेट नहीं कर पा रही। इससे यह जो हल हैगा एस एफ आई जी करूगी, चाहे कौंसल च नहीं आते, तो बहुत पहला असी 6 साल तो एक बार सिर्फ इलैक्शन गए हैं, उदों भी असी कुड़ियों के मुद्दे को लैके एक डेमोक्रेटिक माहौल बनाने के लिए जेंडर इक्वलिटी के लिए असं स्ट्रगल करते रहे हैं। तो पहला पी यू कैश का मुद्दा चुकया, उन्होंने डेमोक्रेटाइज करने के लिए, उन्होंने एक्टिवेट करने के लिए असं काम किए, तो कुड़ियों का जो रात को लाइब्रेरी आ सकदियां ने वह मसले को लैके असं स्ट्रगल किए। तो यह जो हल है कुड़ियों की पार्टीसपेशन का, एक डेमोक्रेटिक माहौल बनाने के लिए, डेमोक्रेटिकली कॉन्शियस माहौल, तो वो ही कुड़ियों की पार्टीसपेशन बढ़ सकती है, वो तो बिना नहीं है। छोटा विद्यार्थियों की संदेश है कि वह अपनी वोट किहड़े तत्थां या किहड़े तत्थां के आधार पर आदे पाउण जां किहड़ी पार्टी नूं चुनण, सो इस बारे थोड़ा की विचार? देखो ना, मतलब भी पहला उस स्टूडेंट्स नूं इह क्लीयर होना चाहिए कि वह है कौन ने। यूनिवर्सिटी दे विच सिर्फ 2% स्टूडेंट पहुँच पाते हैं पूरे इंडिया दे विचों, इह हालात हैगे ने इफेक्ट करदे ने। 80% स्टूडेंट तो इहे हैगे ने जिहड़े प्लस टू तो अगे जा ही नहीं पाते, तो प्लस टू तो अगे सिर्फ 20% स्टूडेंट पाते हैं, हार्डली 2% स्टूडेंट यूनिवर्सिटी पाते हैं। तो यह समझदारी नाल, रिस्पोंसिबिलिटी नाल कि वह यूनिवर्सिटी का क्रीमी पार्ट है, वो कॉन्शियसनैस के आधार पर उन्होंने वोट पानी चाहिए है। तो ये उन्होंने बहुत डीमार्केट करके की चंगा हैगा की माड़ा है, की एंटी पीपल है को की प्रो पीपल हैगा, वो हिसाब न डीमार्केट करके डिफरेंशिएट करके वो वोट पाण। तो खास तौर पर यह ध्यान रखें कि जी वोट होंगी है ना, वोट एक बंदा दिमाग नाल पाउंदा, कोई सोच के पाउंदा होंदा, वो सिर्फ वो बंदे नूं जिताउण लई नहीं होंदी, वो उहनां नाल इस टाइम का एक समाज किवें दा होगा, साडा फ्यूचर किवें दा होगा, किहड़ी कॉन्शियसनैस नाल बंदा वोट पा रहा है, वो हिसाब नाल आपां वो समझ के वोट पाइए। थोड़ा बहुत बहुत धन्यवाद, तुसीं सानूं अपना कीमती तो कीमती वक्त दिता, जां साडे नाल गल्लां सांझियां कीतियां, सो थोड़ा बहुत बहुत शुक्रिया। थैंक यू। वेलकम। ए सी दमन जो कि एस एफ एस पार्टी नाल राबता रखते हैं और जिन्होंने अपने निजी तो निजी विचार और जो इन्हां दी पार्टी दी विचारधारा है साडे सामने पेश की। अगली बार फिर किसी नवे लीडर नूं लैके थोड़े पेश हाजिर होवांगे, सो उदों तक साडे नाल जुड़े रहो। बहुत बहुत शुक्रिया।